ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ। ਉਹਨਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਸਣੇ ਵੱਖ ਵੱਖ ਮੁੱਦਿਆਂ 'ਤੇ ਜਿੱਥੇ ਮੋਦੀ ਸਰਕਾਰ ਨੂੰ ਘੋਸਿਆ, ਉੱਥੇ ਮਾਨ ਸਰਕਾਰ ਨੂੰ ਵੀ ਪਿਛਲੇ 2 ਸਾਲ ਦੇ ਕਾਰਜਕਾਲ ਨੂੰ ਲੈ ਕੇ ਕਟਹਿਰੇ 'ਚ ਖੜਾ ਕੀਤਾ। ਪਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਜ਼ ਨੇ, ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਰਾਜ ਕਰਦੀ ਪਾਰਟੀ ਹੈ, ਉਹ ਅਸਲੀ ਮੁੱਦੇ ਜਿਹੜੇ ਲੋਕਾਂ ਦੇ ਆ ਉਹਨਾਂ ਨੂੰ ਲੋਕਾਂ ਨੂੰ ਸਪਸ਼ਟੀਕਰਨ ਦੇਣ ਤੋਂ ਭੱਜ ਰਿਹਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ 10 ਸਾਲਾਂ ਤੋਂ। ਅੱਜ ਮਹਿੰਗਾਈ ਇੰਨੀ ਹੋ ਚੁੱਕੀ ਹੈ, ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਇੱਥੇ ਆ ਕੇ ਸਾਨੂੰ ਦੱਸਣ ਨੂੰ ਤਿਆਰ ਨਹੀਂ ਹੈ। 100 ਰੁਪਏ ਲੀਟਰ ਡੀਜ਼ਲ ਹੋ ਗਿਆ, 100 ਰੁਪਏ ਲੀਟਰ ਪੈਟਰੋਲ ਹੋ ਗਿਆ, ਔਰ ਉਹਦੇ ਨਾਲ ਰਸੋਈ ਗੈਸ ਦੀਆਂ ਕੀਮਤਾਂ ਵੀ 1100 ਜਾ ਕੇ ਫਿਰ ਥੋੜ੍ਹੀ ਜਿਹੀਆਂ ਥੱਲੇ ਆਈਆਂ। ਪਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਇਹਦਾ ਕੋਈ ਵੀ ਜਵਾਬ ਦੇਣ ਨੂੰ ਅੱਜ ਤਿਆਰ ਨਹੀਂ ਹੈ। ਮੈਂ ਉਹਨਾਂ ਪਾਰਟੀਆਂ ਨੂੰ, ਰਾਜ ਕਰਦੀਆਂ ਪਾਰਟੀਆਂ ਨੂੰ, ਨੈਸ਼ਨਲ ਪਾਰਟੀ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ, ਕਿ ਇਹਦੇ ਵਿੱਚ ਇਸ ਮਹਿੰਗਾਈ ਦੇ ਵਿੱਚ ਇਹਨਾਂ ਦਾ ਕਿੰਨਾ ਰੋਲ ਆ, ਇਹ ਜਨਤਾ ਨੂੰ ਐਕਸਪਲੇਨ ਕਰਨ ਕਿ ਕਿੰਨੇ ਟੈਕਸ ਡੀਜ਼ਲ ਦੇ ਉੱਤੇ, ਕਿੰਨੇ ਟੈਕਸ ਪੈਟਰੋਲ ਦੇ ਉੱਤੇ, ਔਰ ਕਿੰਨੇ ਟੈਕਸ ਜਿਹੜੇ ਆ ਰਸੋਈ ਗੈਸ 'ਤੇ। ਦੋਨੇ ਸਰਕਾਰਾਂ ਲਾਉਂਦੀਆਂ, ਜਿਹਦੇ ਕਰਕੇ ਅੱਜ ਗਰੀਬ ਦਾ ਘਰ ਚਲਾਉਣਾ ਜਿਹੜਾ ਉਹ ਔਖਾ ਹੋ। ਔਰ ਦੂਜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਇੰਨੇ ਪੱਧਰ 'ਤੇ ਆ ਸਾਰੇ ਦੇਸ਼ ਦੇ ਵਿੱਚ ਕਿ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਸਾਡੇ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ। ਪਰ ਇਹਦੇ ਵਾਸਤੇ ਜ਼ਿੰਮੇਵਾਰ ਹੈ ਸਟੇਟ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ, ਦੋਵੇਂ ਸਰਕਾਰਾਂ। ਜਿਹੜਾ ਨੌਜਵਾਨਾਂ ਦਾ ਸਭ ਤੋਂ ਵੱਡਾ ਇਸ਼ੂ ਹੈ ਬੇਰੁਜ਼ਗਾਰੀ ਦਾ, ਉਹਦੇ ਬਾਰੇ ਕੋਈ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਨੂੰ ਤਿਆਰ ਨਹੀਂ ਹੈ। ਤੀਸਰੀ ਗੱਲ ਹੈ ਕਿ ਕਿਸਾਨਾਂ ਦਾ ਨਾਲ ਜਿਹੜੀ ਵੱਡੀ ਬੇਇਨਸਾਫੀ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਦੇ ਨਾਲ ਰਲ ਕੇ ਕੀਤੀ, ਕਿਉਂਕਿ ਇੱਕ ਵੱਡੀ ਸਾਜਿਸ਼ ਦੇ ਤਹਿਤ ਕੇਂਦਰ ਦੀ ਬੀਜੇਪੀ ਸਰਕਾਰ ਵੀ ਔਰ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਦੋਨਾਂ ਨੇ ਰਲ ਕੇ ਜਿਹੜਾ ਕਿਸਾਨਾਂ ਦੇ ਉੱਤੇ ਬੜਾ ਵੱਡਾ ਤਸ਼ੱਦਦ ਕੀਤਾ। ਸ਼ੰਭੂ ਬੈਰੀਅਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਇੱਕ ਕਿਸਾਨ ਸ਼ਹੀਦ ਹੋਇਆ, ਲੇਕਿਨ MSP ਦੀ ਗਰੰਟੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਕੇਂਦਰ ਸਰਕਾਰ ਵੀ ਚੁੱਪ ਹੈ ਔਰ ਸੂਬੇ ਦੀ ਸਰਕਾਰ ਨੇ ਵੀ ਹਾਲੇ ਤੱਕ ਆਪਣਾ ਸਟੈਂਡ ਇੱਕ ਵਾਰੀ ਸਪਸ਼ਟ ਨਹੀਂ ਕੀਤਾ, ਕਿਸਾਨਾਂ ਦੇ ਹੱਕ ਦੀ ਗੱਲ ਇੱਕ ਵਾਰੀ ਵੀ ਜਿਹੜੀ ਆ ਉਹ ਸਪਸ਼ਟ ਨਹੀਂ ਕੀਤੀ। ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਦੇਸ਼ ਦੇ ਵਿੱਚ ਮਨਿਓਰਟੀਜ਼ ਦੇ ਜੋ ਹਾਲ ਹੈ, ਚਾਹੇ ਸਿੱਖ ਭਾਈਚਾਰਾ, ਚਾਹੇ ਈਸਾਈ ਭਾਈਚਾਰਾ, ਚਾਹੇ ਮੁਸਲਿਮ ਭਾਈਚਾਰਾ ਜਾਂ ਬਾਕੀ ਘੱਟ ਗਿਣਤੀਆਂ ਨੇ, ਉਹਨਾਂ ਨੂੰ ਜਿਸ ਤਰੀਕੇ ਹਾਸ਼ੀਏ ਦੇ ਉੱਤੇ ਧੱਕਿਆ ਜਾ ਰਿਹਾ, ਜਿਸ ਤਰੀਕੇ ਉਹਨਾਂ ਦੀਆਂ ਸਹੂਲਤਾਂ, ਮਨਿਓਰਟੀ ਦੇ ਸਕਾਲਰਸ਼ਿਪ, ਉਹਨਾਂ ਨੂੰ ਮਿਲਣ ਵਾਲੇ ਹੋਰ ਫਾਇਦੇ, ਉਹਨਾਂ ਦੀ ਸੇਫਟੀ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਨਾ ਕੇਂਦਰ ਸਰਕਾਰ ਜਵਾਬ ਦੇ ਪਾ ਰਹੀ ਹੈ, ਨਾ ਸੂਬੇ ਦੀ ਸਰਕਾਰ ਜਿਹੜੀ ਹੈ ਜਵਾਬ ਦੇ ਪਾ ਰਹੀ ਹੈ। ਇਹ ਸਾਰੇ ਜਿਹੜੇ ਇਸ਼ੂ ਹੈ ਇਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਅਤੇ ਇਹਨਾਂ ਦਾ ਜਵਾਬ ਅਸੀਂ ਜਿਹੜਾ ਉਹ ਦੇਵਾਂਗੇ। ਦੂਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੀ ਸਟੇਟ ਦੀ ਗੌਰਮੈਂਟ ਜਿਹਨੂੰ 92 MLA ਜਿਤਾ ਕੇ ਲੋਕਾਂ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਸੀ, ਸਾਰੇ ਪਾਸੇ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕੀ। ਪਹਿਲੀ ਤਾਂ ਗੱਲ ਹੈ ਸਭ ਤੋਂ ਭ੍ਰਿਸ਼ਟ ਗੌਰਮੈਂਟ ਜੇ ਕੋਈ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਗੌਰਮੈਂਟ।
ਇਹਨਾਂ ਦਾ ਕੇਂਦਰ ਸਰਕਾਰ ਦਾ ਭ੍ਰਿਸ਼ਟਾਚਾਰ, 328 ਕਰੋੜ ਦਾ ਐਕਸਾਈਜ਼ ਪਾਲਿਸੀ ਦਾ ਘੁਟਾਲਾ, ਜਿਹਦੇ ਵਿੱਚ ਕੇਜਰੀਵਾਲ ਵੀ ਜੇਲ੍ਹ 'ਚ ਰਿਹਾ ਔਰ ਉਹਦੇ ਸਾਥੀ ਵੀ ਜੇਲ੍ਹ 'ਚ ਨੇ, ਉਸੇ ਤਰ੍ਹਾਂ ਦਾ ਹੀ ਘੁਟਾਲਾ ਪੰਜਾਬ ਦੇ ਵਿੱਚ ਹੋਇਆ ਸੀ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਛੇਤੀ ਨੰਗਾ ਹੋਵੇਗਾ। ਔਰ ਵੈਸੇ ਵੀ ਤੁਸੀਂ ਤਹਿਸੀਲਾਂ ਕਚਹਿਰੀਆਂ ਬਦਲੀਆਂ ਹਰ ਚੀਜ਼ ਦੇ ਵਿੱਚ ਦੇਖੋਗੇ ਅਤੇ ਜਿਹੜੇ ਕਹਿੰਦੇ ਸੀ ਕਰਪਸ਼ਨ ਅਸੀਂ ਖਤਮ ਕਰ ਦੇਣੀ ਹੈ, ਸਭ ਤੋਂ ਵੱਡੀ ਕਰਪਸ਼ਨ ਜਿਹੜੀ ਆ ਇਸ ਸਰਕਾਰ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈ। ਔਰ ਲਾਅ ਐਂਡ ਆਰਡਰ ਦੇ ਇਸ਼ੂ ਦੇ ਉੱਤੇ ਲੁੱਟਾਂ ਖੋਹਾਂ ਕਤਲ ਡਾਕੇ ਚੇਨ ਸਨੈਚਿੰਗ ਹਰ ਚੀਜ਼ ਜਿਹੜੀ ਆ, ਕੋਈ ਵੀ ਸਾਡਾ ਵਪਾਰੀ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜ਼ੀ ਨਹੀਂ, ਕੋਈ ਵੀ ਇੰਡਸਟਰੀਅਲਿਸਟ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜ਼ੀ ਨਹੀਂ। ਇਹ ਅਸੀਂ ਸਵਾਲ ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਪੁੱਛਾਂਗੇ।